ਅਮਰਜੀਤ ਸਿੰਘ ਆਸਲ, ਡਿਪਟੀ ਜਨਰਲ ਸੈਕਟਰੀ ਪੰਜਾਬ ਏਟਕ। ਅੱਜ ਦਾ ਜਿਹੜਾ ਪ੍ਰੋਟੈਸਟ ਆ, ਇਹ ਮਾਈਕਰੋ ਫਾਈਨਾਂਸ ਕੰਪਨੀਆਂ ਦੇ ਖਿਲਾਫ ਆ, ਬੈਂਕਾਂ ਦੇ ਖਿਲਾਫ ਨਹੀਂ। ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਕਿ ਅਸੀਂ ਸਰਕਾਰੀ ਬੈਂਕਾਂ ਦੇ ਕਰਜ਼ੇ ਮਾਫ਼ ਕਰਾ ਰਹੇ ਹਾਂ, ਅਸੀਂ ਜਿਹੜੀਆਂ ਪ੍ਰਾਈਵੇਟ ਮਾਨਤਾ ਪ੍ਰਾਪਤ ਨੇ ਜਿੱਦਾਂ HDFC ਆ, ਐਕਸਿਸ ਬੈਂਕ ਆ, ICCI ਬੈਂਕ ਆ, ਇਸ ਟਾਈਪ ਦੀਆਂ ਬੈਂਕਾਂ ਨੂੰ ਨਹੀਂ ਛੇੜ ਰਹੇ। ਅਸੀਂ ਸਿਰਫ ਜਿਹੜੀਆਂ ਮੁਹੱਲਿਆਂ ਦੇ ਵਿੱਚ ਗਰੁੱਪ ਲੋਨ ਕਰ ਰਹੀਆਂ ਨੇ ਮਾਈਕਰੋ ਫਾਈਨਾਂਸ ਕੰਪਨੀਆਂ, ਜਿਨ੍ਹਾਂ ਕੋਲ ਕੋਈ ਰਿਕਾਰਡ ਨਹੀਂ, ਕੋਈ ਰਿਜ਼ਰਵ ਬੈਂਕ ਕੋਲੋਂ ਅਸੀਂ ਲਿਸਟਾਂ ਮੰਗਾਈਆਂ ਨੇ, ਜਿੰਨੀਆਂ ਇਹ ਕੰਪਨੀਆਂ ਕਰ ਰਹੀਆਂ ਨੇ ਇਹਨਾਂ 'ਚ ਕੋਈ ਰਿਕਾਰਡ ਨਹੀਂ ਕਿਤੇ। ਔਰ ਇਹ ਠੱਗੀ ਠੋਰੀਆਂ ਸਾਰਾ ਪੈਸਾ ਕੈਸ਼ ਲੈਂਦੀਆਂ, ਬੈਂਕਾਂ ਦੇ ਕਾਇਦੇ ਕਾਨੂੰਨ ਆ, ਇਹਨਾਂ ਦਾ ਕੋਈ ਕਾਇਦਾ ਕਾਨੂੰਨ ਨਹੀਂ, ਕੈਸ਼ 'ਤੇ ਪੈਸੇ ਲੈ ਰਹੀਆਂ ਨੇ। ਔਰ ਲੋਕਾਂ ਨੂੰ ਵਿਆਜ ਇੰਨੇ ਤਕੜੇ ਲਾਏ ਇਹਨਾਂ ਨੇ, ਇਹਨਾਂ ਦੇ ਲਗਭਗ 50% ਤੋਂ ਜ਼ਿਆਦਾ ਵਿਆਜ ਲੈਂਦੇ ਲੋਕਾਂ ਕੋਲੋਂ, ਔਰ ਕਰਜ਼ੇ ਦਾ ਜਾਲ ਫਸਾਇਆ ਇੱਕ ਇੱਕ ਔਰਤ। ਇਹ ਮੁੱਖ ਤੌਰ 'ਤੇ ਦਲਿਤਾਂ ਅਤੇ ਗਰੀਬ ਲੋਕਾਂ ਨੂੰ ਫਸਾਇਆ ਇਹਨਾਂ ਨੇ, ਇੱਕ ਇੱਕ ਔਰਤ ਨੂੰ 4-4, 5-5 ਕਰਜ਼ੇ ਦਿੱਤੇ ਆ, ਔਰ ਕਿਸ਼ਤਾਂ ਉਹਨਾਂ ਤੋਂ ਮੋੜੀਆਂ ਨਹੀਂ ਜਾ ਰਹੀਆਂ, ਲੋਕ ਆਤਮ ਹੱਤਿਆ ਕਰਨ ਲਈ ਮਜਬੂਰ ਹੋਏ ਆ। ਔਰ ਅਸੀਂ ਇਹ ਅੰਦੋਲਨ ਸ਼ੁਰੂ ਕੀਤਾ, ਅਗਲੀ ਅਸੀਂ 31 ਜਨਵਰੀ ਨੂੰ ਅਸੀਂ DC ਸਾਹਿਬ ਨੂੰ ਮੰਗ ਪੱਤਰ ਦੇਣ ਲੱਗੇ ਹਾਂ, ਅਗਰ ਇਹਨਾਂ ਦਾ ਹੱਲ ਨਾ ਹੋਇਆ 31 ਜਨਵਰੀ ਨੂੰ ਫਿਰ ਇੱਥੇ ਏਡਾ ਵੱਡਾ ਕੱਟ ਕਰਾਂਗੇ। ਹਾਂਜੀ, ਨਹੀਂ ਅਜੇ ਕਰਾਓ ਨਹੀਂ, ਅਸੀਂ ਰੈਲੀਆਂ ਹੀ ਕਰਾਂਗੇ ਇੱਥੇ, ਪੀਸਫੁਲ ਰੈਲੀਆਂ, ਪੁਰਅਮਨ ਰੈਲੀਆਂ ਸਾਡੀਆਂ ਇੱਥੇ ਹੋਣਗੀਆਂ, ਕੋਈ ਵਾਇਲੈਂਸ ਨਹੀਂ ਹੋਏਗੀ। ਅਸੀਂ ਡਿਮਾਂਡ ਕਰਦੇ ਹਾਂ ਕਿ ਇਹਨਾਂ ਸਾਰਿਆਂ ਦੇ ਕਰਜ਼ੇ ਮਾਫ਼ ਕੀਤੇ ਜਾਣ ਅਤੇ ਪ੍ਰਸ਼ਾਸਨ ਇਹਨਾਂ ਕੰਪਨੀਆਂ ਦੀ ਇਨਕੁਆਇਰੀ ਕਰੇ। ਹੁਣ ਅਰਸ਼ੀ ਸਾਹਿਬ ਕਰਨਗੇ ਤੁਹਾਡੇ। ਮੈਂ ਹਰਦੇਵ ਸਿੰਘ ਅਰਸ਼ੀ ਹਾਂ ਜੀ, ਸਾਬਕਾ MLA ਔਰ ਸੀਨੀਅਰ ਲੀਡਰ ਹਾਂ ਭਾਰਤੀ ਕਮਿਊਨਿਸਟ ਪਾਰਟੀ ਦਾ। ਜਿਸ ਤਰ੍ਹਾਂ ਤੁਹਾਨੂੰ ਬਰੀਫ ਕੀਤਾ ਜਾ ਚੁੱਕਿਆ ਕਿ ਜਿਹੜਾ ਅੱਜ ਇੱਥੇ ਇਕੱਠ ਕੀਤਾ ਜਾ ਰਿਹਾ, ਇਹ ਜਿਹੜੀਆਂ ਮਾਈਕਰੋ ਫਾਈਨੈਂਸ ਕੰਪਨੀਆਂ ਜਿਨ੍ਹਾਂ ਨੇ ਅੰਨੀ ਲੁੱਟ ਮਚਾਈ ਹੋਈ ਹੈ, ਇਹਨਾਂ ਵਿੱਚੋਂ ਬਹੁਤ ਸਾਰੀਆਂ ਉਹ ਹੈ ਜਿਹੜੀਆਂ RBI ਕੋਲ ਅਨਰਜਿਸਟਰਡ ਨੇ, ਔਰ ਇਹਨਾਂ ਦੀ ਕਰਜ਼ਾ ਦੇਣ ਦਾ ਜਿਹੜਾ ਇੰਟਰਸਟ ਹੈ ਉਹਦੀ ਕੋਈ ਪ੍ਰੋਪਰ ਗਾਈਡਲਾਈਨ ਨਹੀਂ, ਕੋਈ ਸਰਕਾਰ ਵੱਲੋਂ ਕਰਜ਼ੇ ਦੀ ਕਿਸ਼ਤ ਵੀ ਆਪਣਾ ਵਿਆਜ ਨਹੀਂ ਤੈਅ ਕੀਤਾ ਗਿਆ। ਇਹ ਮਨਮਰਜ਼ੀ ਦੇ ਨਾਲ 20 ਤੋਂ ਲੈ ਕੇ 60% ਤੱਕ ਵਿਆਜ ਵਸੂਲ ਕਰ ਰਹੀ ਹੈ, ਔਰ ਜਿਹੜੀਆਂ ਕਿਸ਼ਤਾਂ ਵੀ ਇਹ ਵਸੂਲ ਕਰਦੀਆਂ ਉਹਨਾਂ ਦਾ ਕਿਤੇ ਕੋਈ ਰਿਕਾਰਡ ਨਹੀਂ। ਸਧਾਰਨ ਗਰੀਬ ਔਰਤਾਂ ਨੇ ਜਿਹੜੀਆਂ ਇਹਨਾਂ ਦੇ ਚੁੰਗਲ ਦੇ ਵਿੱਚ ਫਸੀਆਂ, ਉਹਨਾਂ ਨੂੰ ਆਪਣੇ ਕਰਜ਼ੇ ਦਾ ਕੋਈ ਪਤਾ ਹੀ ਨਹੀਂ ਵੀ ਕਿੰਨਾ ਕਰਜ਼ਾ ਲਿਆ ਸੀ, ਕਿੰਨਾ ਵਾਪਸ ਕਰਤਾ, ਔਰ ਕਰਜ਼ੇ ਦੀ ਗਰਾਉਣ ਦਾ ਤਰੀਕਾ ਵੀ ਨੰਗੀ ਚਿੱਟੀ ਗੁੰਡਾ ਕਰਦੀ ਹੈ, ਘਰਾਂ 'ਚ ਆ ਕੇ ਗੁੰਡਾਗਰਦੀ ਕਰਦੇ ਹੈ, ਘਰਾਂ ਦਾ ਸਮਾਨ ਚੁੱਕਦੇ ਹੈ, ਔਰ ਇੱਕ ਦਹਿਸ਼ਤ ਦਾ ਵਾਤਾਵਰਨ ਪੈਦਾ ਕਰਦੇ ਹੈ। ਔਰ ਸਾਡੀ ਮੰਗ ਇਹ ਹੈ ਕਿ ਅਸੀਂ ਨਹੀਂ ਕਹਿੰਦੇ ਵੀ ਅਸੀਂ ਕੋਈ ਕਰਜ਼ੇ ਤੋਂ ਮੁੱਕਰਦੇ ਹਾਂ, ਲੇਕਿਨ ਕਰਜ਼ੇ ਦੀ ਇੱਕ ਵਿਆਜ ਦੀ ਇੱਕ ਲਿਮਿਟ ਹੋਣੀ ਚਾਹੀਦੀ, ਜਿੰਨਾ ਕਮਰਸ਼ੀਅਲ ਬੈਂਕਾਂ ਦਾ ਇੰਟਰਸਟ ਹੈ ਉਸ ਤੋਂ ਵੱਧ ਇੰਟਰਸਟ ਨਹੀਂ ਹੋਣਾ ਚਾਹੀਦਾ, ਨੰਬਰ 1। ਨੰਬਰ 2, ਇਹ ਲੋਕ ਅਤਿ ਗਰੀਬ ਨੇ, ਕਈ ਕਿਸ਼ਤਾਂ ਲੈ ਚੁੱਕੇ ਹੈ, ਕਿਸ਼ਤਾਂ ਦੇ ਵਿੱਚ ਲੋਨ ਲੈ ਚੁੱਕੇ ਹੈ, ਇਹ ਕਰਜ਼ਾ ਮੋੜਨ ਤੋਂ ਪੂਰੀ ਤਰ੍ਹਾਂ ਅਸਮਰੱਥ ਨੇ। ਸਾਡੀ ਮੰਗ ਇਹ ਹੈ ਕਿ ਪੰਜਾਬ ਸਰਕਾਰ ਉਹ ਬੜੇ ਵਾਅਦੇ ਕਰਦੀ ਹੈ ਕਿ ਅਸੀਂ ਦਲਿਤਾਂ ਦੇ ਸਾਰੇ ਕਰਜ਼ੇ ਮਾਫ਼ ਕਰਾਂਗੇ, ਲੇਕਿਨ ਅਸੀਂ ਡੈਂਟੀਫਿਕੇਸ਼ਨ ਹੀ ਸਾਡੇ ਕੋਲ ਹੋ ਰਹੀ, ਆਹ ਸਭ ਤੋਂ ਵੱਡੀ ਡੈਂਟੀਫਿਕੇਸ਼ਨ ਆ। ਸਾਰੇ ਇਹ 90% ਦਲਿਤ ਨੇ, ਇਹਨਾਂ ਦਾ ਰਿਕਾਰਡ ਲੈਣ, ਔਰ ਪੰਜਾਬ ਸਰਕਾਰ ਸਾਰਾ ਕਰਜ਼ਾ ਜਿਹੜਾ ਆਪਣੇ ਵੱਲੋਂ ਭਰੇ, ਇਹਨਾਂ ਦਾ ਕਰਜ਼ਾ ਮਾਫ਼ ਕਰਨਾ ਚਾਹੀਦਾ। ਔਰ ਰਿਜ਼ਰਵ ਬੈਂਕ ਕੋਲ ਸਾਡੀ ਮੰਗ ਹੈ ਕਿ ਜਿੰਨੀਆਂ ਵੀ ਫਾਈਨੈਂਸ ਕੰਪਨੀਆਂ ਅਨਰਜਿਸਟਰਡ ਹੈ ਉਹਨਾਂ ਸਾਰੀਆਂ ਨੂੰ ਬੈਨ ਕੀਤਾ ਜਾਏ, ਔਰ ਘਰਾਂ 'ਚ ਜਿਹੜੀ ਗੁੰਡਾਗਰਦੀ ਤਰੀਕੇ ਦੇ ਨਾਲ ਉਗਰਾਹੀ ਹੁੰਦੀ ਹੈ ਇਹ ਬੰਦ ਕੀਤੀ ਜਾਏ। ਐਡਮਿਨਿਸਟ੍ਰੇਸ਼ਨ ਨੂੰ ਚੇਚੇ ਤੌਰ 'ਤੇ ਇੱਧਰ ਜਿਹੜਾ ਉਹ ਧਿਆਨ ਹੈ ਉਹ ਦੇਣਾ ਚਾਹੀਦਾ। ਔਰ ਇਹ ਸੰਘਰਸ਼ ਸਾਰੇ ਪੰਜਾਬ ਦੇ ਵਿੱਚ ਹੀ ਭਖ ਰਿਹਾ, ਕਿਉਂਕਿ ਬੜਾ ਪੀੜਿਤ ਨੇ ਸਾਰੇ ਜਿਹੜੇ ਲੋਕ ਇਹਨਾਂ ਦੇ ਚੁੰਗਲ ਦੇ ਵਿੱਚ ਫਸੇ ਹੋਏ ਹੈ।
ਪਹਿਲਾਂ ਅਸੀਂ ਮਾਲਵੇ ਦੇ ਵਿੱਚੋਂ ਅੰਦੋਲਨ ਸ਼ੁਰੂ ਕੀਤਾ ਸੀ, ਉੱਥੇ ਤਾਂ ਇਹਨਾਂ ਦੀ ਸੁਰਤ ਟਿਕਾਣੇ ਆਈ ਹੈ, ਉੱਥੇ ਧੱਕੇਸ਼ਾਹੀਆਂ ਨਹੀਂ ਅਸੀਂ ਹੋਣ ਦਿੰਦੇ, ਨਾ ਹੀ ਹੁਣ ਉੱਥੇ ਧੱਕੇਸ਼ਾਹੀ ਕਰਦੇ ਹੈ। ਇਸ ਇਲਾਕੇ ਦੇ ਵਿੱਚ ਮੂਵਮੈਂਟ ਕਿਉਂਕਿ ਹੁਣ ਸ਼ੁਰੂ ਹੋਈ ਹੈ ਔਰ ਦਹਿਸ਼ਤ ਜ਼ਰੂਰ ਹੈ ਕੰਪਨੀਆਂ ਦੇ ਵਿੱਚ, ਲੇਕਿਨ ਅਸੀਂ ਵਾਰਨਿੰਗ ਦਿੰਦੇ ਹਾਂ ਕਿ ਅਗਰ ਘਰਾਂ ਦੇ ਵਿੱਚ ਆ ਕੇ ਗੁੰਡਾਗਰਦੀ ਕੀਤੀ ਤਾਂ ਇਹਦੇ ਨਤੀਜੇ ਬੜੇ ਭਿਆਨਕ ਹੋ ਸਕਦੇ ਹੈ। ਇਹਦੀ ਜ਼ਿੰਮੇਵਾਰੀ ਇਹਨਾਂ ਕੰਪਨੀਆਂ ਦੀ ਹੋਏਗੀ ਔਰ ਅਸੀਂ ਫਿਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਰੇ ਦਾ ਸਾਰਾ ਜਿਹੜਾ ਐਡਵਾਂਸ ਹੈ ਇਹ ਪੰਜਾਬ ਸਰਕਾਰ ਆਪਣੇ ਤੌਰ 'ਤੇ ਭਰੇ, ਇਹ ਗਰੀਬ ਜਿਹੜਾ ਕਰਜ਼ਾ ਭਰਨ ਤੋਂ ਪੂਰੀ ਤਰ੍ਹਾਂ ਅਸਮਰੱਥ ਨੇ। ਅਰਸ਼ੀ ਸਾਹਿਬ, ਕਿੰਨੀਆਂ ਕੁ ਜਿਹੜੀਆਂ ਮਾਈਕਰੋ ਕੰਪਨੀ ਵਾਲਿਆਂ ਨੇ ਕਿੰਨਾ ਕਰਜ਼ਾ ਦਿੱਤਾ ਹੈ? ਇਹਦਾ ਕੋਈ ਪਤਾ ਹੀ ਨਹੀਂ ਜੀ, ਕੋਈ ਰਿਕਾਰਡ ਹੀ ਨਹੀਂ। ਜੇ ਤਾਂ ਕੋਈ ਰਿਕਾਰਡ ਹੋਵੇ ਨਾ, ਲੈ ਕੇ ਆਇਓ ਕਿੰਨਾ ਹੈ ਉਹ? ਇਹ ਤਾਂ ਉਹ ਹੈ ਜਿਹੜਾ ਲੋਕ ਸਾਡੇ ਕੋਲੇ ਆ ਕੇ ਜਿਨ੍ਹਾਂ ਨੇ ਫਾਰਮ ਭਰੇ ਹੈ ਇਹ ਕਰੋੜਾਂ ਦੇ ਵਿੱਚ ਜਾ ਰਿਹਾ, ਸਮਝ ਗਏ ਨਾ? ਔਰ ਹਾਲ ਤਾਂ ਇੱਥੋਂ ਤੱਕ ਹੈ ਵੀ ਫਰਜ਼ ਕਰ ਲਓ 10 ਦਾ ਗਰੁੱਪ ਬਣਾ ਕੇ ਇੱਕ ਲੀਡਰ ਬਣਾ ਦਿੰਦੇ ਹੈ ਔਰ ਚੁੰਗਲ ਇਸ ਤਰ੍ਹਾਂ ਦਾ ਫਸਾਏ ਹੋਏ ਆ ਲੋਕ। ਫਰਜ਼ ਕਰ ਲਓ ਇੱਕ ਔਰਤ ਕੋਈ ਡਿਫਾਲਟਰ ਹੋ ਗਈ, ਉਹਨੇ ਕਿਸ਼ਤਾਂ ਨਹੀਂ ਭਰੀਆਂ, ਜਿਹੜੀਆਂ ਬਾਕੀ ਗਰੁੱਪ ਦੇ ਵਿੱਚ ਮੈਂਬਰ ਹੈ 9 ਰਹਿ ਗਈਆਂ, 10 ਦਾ ਗਰੁੱਪ ਹੈ, ਉਹ 9 ਦੇ ਉੱਪਰ ਉਹਦਾ ਕਰਜ਼ਾ ਜਿਹੜਾ ਹੈਗਾ ਆਪਣਾ ਉਹ ਡਿਵਾਈਡ ਕਰ ਦਿੰਦੇ ਹੈ। ਜਾਣੀ ਇਸ ਤਰ੍ਹਾਂ ਦਾ ਘੁੰਮਣ ਘੇਰੀ ਦੇ ਵਿੱਚ ਇਹ ਲੋਕ ਫਸਾਏ ਹੋਏ, ਉਹਨਾਂ ਦੇ ਚੁੰਗਲ 'ਚੋਂ ਨਿਕਲ ਹੀ ਨਹੀਂ ਸਕਦੇ। ਕਰੋੜਾਂ ਰੁਪਈਏ ਐਡਵਾਂਸ ਕੀਤੇ ਹੈ, ਕਰੋੜਾਂ ਰੁਪਈਏ ਦੀ ਉਹ ਵਸੂਲੀ ਕਰ ਰਹੇ ਹੈ, ਕੈਸ਼ ਦੇ ਵਿੱਚ ਵਸੂਲੀ ਕਰਦੇ ਹੈ ਔਰ ਰਿਕਾਰਡ ਕੋਈ ਨਹੀਂ, ਕੋਈ ਪਾਸਬੁੱਕ ਨਹੀਂ ਤਾਂ ਬਕਾਇਦਾ ਪਾਸਬੁੱਕ ਦੇ ਉੱਪਰ ਤੁਹਾਡੀ ਐਂਟਰੀ ਹੁੰਦੀ ਹੈ ਕਿ ਜੀ ਤੁਸੀਂ ਇੰਨਾ ਲੋਨ ਲਿਆ ਸੀ, ਉਹ ਵੀ ਪਾਸਬੁੱਕ ਵਿੱਚ ਦਰਜ ਹੈ, ਇੰਨਾ ਤੁਸੀਂ ਵਾਪਸ ਕਰਤਾ ਉਹ ਵੀ ਦਰਜ ਹੈ। ਇਹਨਾਂ ਦਾ ਕਿਤੇ ਕੋਈ ਰਿਕਾਰਡ ਹੀ ਨਹੀਂ। ਨੰਗੀ ਚਿੱਟੀ ਇਹ ਗੁੰਡਾ ਕਰਦੀ ਹੈ, ਇੱਕ ਬਹੁਤ ਵੱਡਾ ਫਾਈਨੈਂਸ਼ੀਅਲ ਮਾਫੀਆ, ਇਹ ਸਾਰੇ ਹਿੰਦੁਸਤਾਨ ਦੇ ਸਰਗਰਮ ਹੈ। ਕਈ ਸੂਬਿਆਂ ਦੇ ਵਿੱਚ ਇਹਨਾਂ ਨੇ ਨਕੇਲ ਪਾਤੀ ਹੈ, ਮਹਾਰਾਸ਼ਟਰ ਦੇ ਵਿੱਚ ਅਸੀਂ ਦੱਸਾਂਗੇ ਕਿ ਉੱਥੇ ਇਹਨਾਂ ਦੇ ਕਾਫੀ ਸ਼ਿਕੰਜਾ ਕੱਸਿਆ, ਹੁਣ ਉੱਥੇ ਇਹਨਾਂ ਦੀ ਗੁੰਡਾਗਰਦੀ ਨਹੀਂ ਚੱਲ ਰਹੀ ਔਰ ਪੰਜਾਬ ਦੇ ਵਿੱਚ ਵੀ ਅਸੀਂ ਹੁਣ ਇਹਨਾਂ ਨੂੰ ਵਾਰਨਿੰਗ ਦਿੱਤੀ ਹੈ ਕਿ ਇਹ ਅੰਦੋਲਨ ਪਹਿਲਾਂ ਮਾਲਵੇ ਸ਼ੁਰੂ ਹੋਇਆ, ਹੁਣ ਮਾਝੇ ਸ਼ੁਰੂ ਹੋਇਆ, ਇਹ ਦੁਆਬੇ ਤੱਕ ਸਾਰੇ ਪੰਜਾਬ 'ਚ ਅੰਦੋਲਨ ਬਣੇਗਾ। ਇਹਨਾਂ ਦਾ ਜਿਹੜਾ ਜਾਲ ਵਿਛਾਇਆ ਹੋਇਆ ਲੁੱਟ ਦਾ, ਇਹ ਨਹੀਂ ਚੱਲਣ ਦੇਵਾਂਗੇ, ਇਹ ਖਤਮ ਕਰਕੇ ਹਟਾਂਗੇ। ਸਾਡੀ ਇਹ ਚੇਤਾਵਨੀ ਆ ਅੱਜ ਦੀ ਰੈਲੀ 'ਚ, ਪ੍ਰਸ਼ਾਸਨ ਵੀ ਧਿਆਨ ਦੇਵੇ ਔਰ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਵੀ ਧਿਆਨ ਦੇਵੇ, ਇਹਨਾਂ ਨੂੰ ਚੈੱਕ ਕਰੇ ਕਿ ਇਹਨਾਂ ਕੋਲ ਫਾਈਨੈਂਸ ਕਿੱਥੋਂ ਆਉਂਦਾ, ਪੈਸਾ ਕਿੱਥੋਂ ਲੈਂਦੇ ਹੈ। ਸਾਡੀ ਜਿਹੜੀ ਜਾਣਕਾਰੀ ਹੈ, ਸਾਡੀਆਂ ਬੈਂਕਾਂ ਤੋਂ ਹੀ ਲੋਨ ਲੈਂਦੇ ਹੈ, ਬੈਂਕਾਂ ਤੋਂ ਲੋਨ ਲੈ ਕੇ ਘੱਟ ਇੰਟਰਸਟ 'ਤੇ ਔਰ ਕਈ ਕਈ ਗੁਣਾ ਬੈਂਕਾਂ ਤੋਂ ਵੱਧ ਇੰਟਰਸਟ 'ਤੇ ਅੱਗੇ ਐਡਵਾਂਸ ਕਰਦੇ ਹੈ। ਇਹ ਤਾਂ ਇੱਕ ਬਹੁਤ ਵੱਡਾ ਜਾਣੀ ਇਹ ਫਾਈਨੈਂਸ਼ੀਅਲ ਮਾਫੀਆ ਬਣਿਆ ਹੋਇਆ ਹੈ, ਜਿਸ 'ਤੇ ਨੱਥ ਪਾਉਣੀ ਬੜੀ ਜ਼ਰੂਰੀ ਹੈ। ਸਰਕਾਰ ਨੇ ਨਹੀਂ ਪਾਈ ਤਾਂ ਅਸੀਂ ਪਾਵਾਂਗੇ, ਜਿੱਦਾਂ ਅਮਰਜੀਤ ਅਸਲ ਜੀ ਨੇ ਤੁਹਾਨੂੰ ਜ਼ਿਕਰ ਕੀਤਾ। ਅੱਜ ਦੀ ਰੈਲੀ ਦੇ ਬਾਅਦ ਇਹ ਸੰਘਰਸ਼ ਬੰਦ ਨਹੀਂ ਹੋਏਗਾ, ਇਹ ਦੂਜੇ ਜ਼ਿਲ੍ਹਿਆਂ ਦੇ ਵਿੱਚ ਵੀ ਜਾਏਗਾ, 31 ਜਨਵਰੀ ਨੂੰ ਫਿਰ ਇਸੇ ਸਥਾਨ 'ਤੇ ਇਸ ਤੋਂ ਵੀ ਵੱਡਾ ਇਕੱਠ ਜਿਹੜਾ ਉਹ ਕੀਤਾ ਜਾਏਗਾ।